ਪਤਾ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ ਚ ਮੇਰੇ ਨਾਲ ਨੇ ਡਿਪੈਂਡੈਂਟ ਵੀਜ਼ਾ ਆਇਆ ਜਿਨ੍ਹਾਂ ਦਾ ਪਰਗਟ ਸਿੰਘ ਜੋ ਆਏ ਨੇ ਬਰਨਾਲਾ ਤੋਂ ਕੰਗ੍ਰੈਚੁਲੇਸ਼ਨ ਤੇ ਪਰਗਟ ਸਿੰਘ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਦੋਂ ਆਪਣੀ ਫਾਈਲ ਦਾ ਪ੍ਰੋਸੈਸ ਸਟਾਰਟ ਕਰਵਾਇਆ ਸੀ ਤੇ ਲੈਂਡਮਾਰਕ ਬਾਰੇ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਸੀਗਾ ਪ੍ਰਗਟ ਸਿੰਘ ਕੀ ਕਹੋਗੇ ਤੁਸੀਂ ਮੈਮ ਮੈਂ ਆਪਣਾ ਵੀਜ਼ਾ ਫਾਈਲ ਆਊਟ ਕੀਤੀ ਸੀ 15 ਮਾਰਚ 2021 ਦੇ ਵਿੱਚ ਓਕੇ ਪਹਿਲਾਂ ਮੇਰੀ ਵਾਈਫ ਦਾ ਵੀਜ਼ਾ ਵੀ ਇੱਥੋਂ ਆਇਆ ਸੀਗਾ ਉਸ ਤੋਂ ਪਹਿਲਾਂ ਮੇਰੇ ਰਿਲੇਟਿਵਸ ਦਾ ਵੀਜ਼ਾ ਵੀ ਕਈ ਆਏ ਨੇ ਇੱਥੋਂ ਅੱਛਾ ਜੀ ਹਾਂਜੀ ਸਰਵਿਸ ਮੈਨੂੰ ਬਹੁਤ ਵਧੀਆ ਲੱਗੀ ਹੈ ਜੀ ਕੋਈ ਦਿੱਕਤ ਨਹੀਂ ਆਈ ਪਹਿਲਾਂ ਤੋਂ ਵੀ ਮੈਨੂੰ ਪਰੇਸ਼ਾਨੀ ਆਈ ਨਹੀਂ ਹੈਗੀ ਮੈਂ ਸਭ ਨੂੰ ਇਹ ਸੁਜੈਸ਼ਨ ਕਰਦਾ ਵੀ ਲੈਂਡਮਾਰਕ ਦੇ ਵਿੱਚ ਆਓ ਸਭ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ ਓਕੇ ਤੁਹਾਡੀ ਵਾਈਫ ਦਾ ਵੀਜ਼ਾ ਕਦੋਂ ਆਇਆ ਸੀ ਤੇ ਉਹਨਾਂ ਨੇ ਕਦੋਂ ਆਪਣੀ ਫਾਈਲ ਦਾ ਪ੍ਰੋਸੈਸ ਸਟਾਰਟ ਕਰਵਾਇਆ ਤੇ ਕਦੋਂ ਉਹ ਗਏ ਨੇ ਉਹਨਾਂ ਦੀ ਫਾਈਲ 2019 ਦੇ ਵਿੱਚ ਨਵੰਬਰ ਦੇ ਵਿੱਚ ਲੱਗੀ ਸੀ ਤੇ ਜਨਵਰੀ 2020 ਦੇ ਵਿੱਚ ਉਹਨਾਂ ਦਾ ਵੀਜ਼ਾ ਆ ਗਿਆ ਸੀ ਅੱਛਾ ਜੀ ਤੇ ਨਾਲ ਦੀ ਨਾਲ ਫਿਰ ਤੁਸੀਂ ਆਪਣਾ ਪ੍ਰੋਸੈਸ ਸਟਾਰਟ ਕਰਵਾਇਆ ਹਾਂਜੀ ਮੈਂ ਮਾਰਚ 2021 ਦੇ ਵਿੱਚ ਫਾਈਲ ਲੌਗ ਕੀਤੀ ਓਕੇ ਤੇ ਸਾਡੀ ਕਿਹੜੀ ਬ੍ਰਾਂਚ ਤੁਸੀਂ ਸਭ ਤੋਂ ਪਹਿਲਾਂ ਵਿਜ਼ਿਟ ਕੀਤਾ ਸੀਗਾ ਮੈਂ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਬ੍ਰਾਂਚ ਵਿਜ਼ਿਟ ਕੀਤਾ ਓਕੇ ਸਰਵਿਸਿਜ਼ ਕਿਵੇਂ ਦੀ ਲੱਗੀਆਂ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਲੈਣ ਮੈਂ ਬਹੁਤ ਵਧੀਆ ਸਰਵਿਸਿਜ਼ ਲੱਗੀਆਂ ਨੇ ਮੇਰੇ ਕਈ ਰਿਲੇਟਿਵਸ ਦੀ ਫਾਈਲ ਹਜੇ ਵੀ ਲੱਗੀ ਹੋਈ ਹੈ ਇੱਥੇ ਤੇ ਮੈਨੂੰ ਬਹੁਤ ਵਧੀਆ ਲੱਗੀ ਜੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਮੈਂ ਇਸ ਸੁਜੈਸ਼ਨ ਦੂੰਗਾ ਵੀ ਸਭ ਨੂੰ ਇੱਥੇ ਆਉਣਾ ਚਾਹੀਦਾ ਲੈਂਡਮਾਰਕ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਸਰਵਿਸ ਬਹੁਤ ਵਧੀਆ ਨੇ ਤੇ ਸਭ ਸਟਾਫ ਬਹੁਤ ਵਧੀਆ ਗੱਲ ਮਿਲ ਕੇ ਕੰਮ ਕਰਦਾ ਜਿਵੇਂ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਰਿਲੇਟਿਵਸ ਦਾ ਵੀ ਵੀਜ਼ਾ ਲੈਂਡਮਾਰਕ ਤੋਂ ਆਇਆ ਸੀ ਤੇ ਉਹਨਾਂ ਦੀ ਵਾਈਫ ਦਾ ਵੀਜ਼ਾ ਵੀ ਲੈਂਡਮਾਰਕ ਤੋਂ ਆਇਆ ਤੇ ਅੱਜ ਉਹਨਾਂ ਦਾ ਵੀਜ਼ਾ ਵੀ ਲੈਂਡਮਾਰਕ ਤੋਂ ਆਇਆ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਜਲਦੀ ਤੋਂ ਜਲਦੀ ਵੀਜ਼ਾ ਆਵੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਵਿਜ਼ਿਟ ਕਰਕੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਥੈਂਕ ਯੂ ਸੋ ਮਚ